जिथा हुसैन दी मजलिस होवे मावां दियां मेहमान आथींदियां बानी नाल शाम दी थकी होई एक गल करें दिए आदि बानी मैंने तसेदा क्यों तेरी दिल घबरा गई जेड़ा नाल खलूस दे खारज की तई तेरी पूरी थी मनशा गई परदे चई सैन पता नहीं कितना ज्यादा रे जिन्हां दे दिल तेरे पुत्र दी कबारे ते उची हाय करे सैन हुसैन दी अम्मा रो रो ते आदि कोई मोमिन आवे ना आवे मेरी आलिया शाम चो आ गई बेदर्द जमाना क्या जाने कोजेड़ जवान दिमाग ही मैंने प्यो दा तख्ता ओ संभाल गिदई कानून उदे बदला नहीं ओ जड़े हाकला पिए ने मैंने प्यो दा लिखिया उन्हें मिम्बर उते जुठला ले जे यादारों ने प्यो रसूल नी कधी प्यो ने मिम्बर ने सामने खर के आदिए कत्ल हुसैन ते कहे दालिया मैंने सामने बोरा शाम अली सैन तो रटोरा या कबूल हुसैन दी जख्मी अम्मा तो साजादार ना एक एक कदम इबादत ते शुमार फरमावे मालिक सारे आजादार दी नौकरी इबादत ते शुमार फरमावे जिन्हें पढ़ना है मालिक उन्हें डिप्टी इबादत ते शुमार फरमावे दिल खसूस बानी मजलिस मेरे वाजिब एहतराम चाचा अजमल खान दे जितना ही अजादार इस मिशन वास्ते जितना ही इमाम दे मिशन वास्ते हिस्सा दिते ने इमाम रजा दे खजाने चो अल्लाह उन्हों को वसी रिज़्क दे रहे मालिक जितना बीमार इन शिफाए कुली अता फरमा दिल खसूस सरदार हाजी गुलाम हुसैन खान सदे बुजुर्ग मालिक इज्जत सैयदाद सदका मालिक सुखी सीयत अता फरमावे मालिक तो अकुसा को पांच गाना नमाज पढ़ने की तौफीक अता फरमावे करबला अली इज्जत सदका इमाम हुसैन भी जख्मी माँ हर आजादार तराजी बने मेरे बाद मौला दे बहुत इज्जत वाले उलमा और जाकिरीन तशरीफ गिने एको जुमला गुरबत बढ़ना ज्यादा रहो पियो दी कबर दी मिट्टी न सुकी इस दरवाजे को भा लग गई हाय का छोड़ी करो मालिक इज्जत री वे इमाम हुसैन दी मां कहना मोहताज न करे हाय तेरे वास्ते
ਹਾਏ ਸਾਹਿਬ ਕਿਬਲਾ ਆਪਣੀਆਂ ਦੇ ਜਨਾਜ਼ੇ ਤੇ ਬੰਦੀਆਂ ਨੂੰ ਹੋਸ਼ ਨਹੀਂ ਆਉਂਦਾ ਤੇ ਮੈਂ ਉਹ ਬੀਬੀ ਦੇ ਦੁੱਖ ਸੁਣਾਉਣਾ ਚਾਹੁੰਦਾ ਜਿਹੜੀ ਦਰਬਾਰ ਚੋਂ ਖਾਲੀ ਵੱਲ ਕੇ ਪਿਓ ਦੀ ਕਬਰ ਤੇ ਬਾਬਾ ਜ਼ੁਲਫਕਾਰ ਸ਼ਾਹ ਜੀ ਵੰਨ ਕੇ ਬਹਿ ਗਈ ਹੈ ਤੇ ਬੈਠੀਆਂ ਬੈਠੀਆਂ ਠੰਡਸਾਂ ਭਰ ਕੇ ਆਉਂਦੀ ਹੈ ਉਹ ਮੇਰਾ ਨਬੀਆਂ ਦਾ ਮੁਸ਼ਕਿਲ ਕੁਸ਼ਾ ਬਾਬਾ ਕਬਰ ਤੋਂ ਬਹਿਰਾ ਜਿੱਥਾ ਤੂੰ ਬਹਿੰਦਾ ਵੇ ਬਹਿਣ ਲੱਭੀਏ ਤੇ ਖੜ ਖੜ ਕੇ ਖਾਲੀ ਵੱਲ ਆਈ ਹਾਏ ਕਬੂਲ ਹੋ ਗਈ ਮਾਂ ਹੁਸੈਨ ਦੀ ਰਾਜ਼ੀ ਹੋ ਗਈ ਜਿਹਨੇ ਹਾਏ ਕੀਤੀ ਅਲੀ ਦੀ ਅਧੀਆ ਰਾਜ਼ੀ ਹੋਵਨ ਮਾਲਿਕ ਬਾਨੀਆਂ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਕਰੇ ਆਜ਼ਾਦਾਰ ਜਿਤਨਾ ਬੈਠੇ ਵੇ ਇਹ ਦੁਹਾਈ ਹਾਥੀ ਦੇ ਪਾਸੇ ਤੇ ਰਹਿਣ ਮੁਹੰਮਦ ਦੀ ਧੀ ਦੇ ਦੁਹਾਈ ਹੱਥ ਪਾਸੇ ਤੇ ਰਹਿ ਵਜੇ ਨਾ ਬਾਦਸ਼ਾਹ ਲਈ ਜਨਾ ਵੇਨਾ ਈ ਹੱਥ ਨਾਲ ਔਖੀ ਉੱਠੇ ਅਲੀ ਫਰਮਾਵੇ ਨਾ ਯਾਦਗਾਰ ਮੁਹੰਮਦ ਮੈਂ ਅਲੀ ਤੈਨੂੰ ਆਦਾ ਪੀਣ ਨਾ ਉੱਠੀ ਕਰ ਮੈਂ ਅਲੀ ਤੇਰੇ ਤੇ ਰਾਜ਼ੀ ਆ ਮੈਨੂੰ ਪਤਾ ਹੈ ਤੈਨੂੰ ਪਾਸੇ ਦਾ ਦਰਦ ਖਾ ਗਈ ਹੈ ਠੱਡਾ ਸਾਹ ਭਰ ਕੇ ਦੀ ਯਾ ਅਲੀ ਅਗਰ ਮੈਂ ਨਾ ਉੱਠਾ ਕਾਇਨਾਤ ਸ਼ੋਹਰ ਦਾ ਇਤਰਾਮ ਮੁਕਵੇ ਯਾ ਅਲੀ ਬਿਸਮਿਲਾ ਕਰਾਂ ਮੈਂ ਆਪਣੀਆਂ ਕਨੀਜ਼ਾਂ ਕੋ ਮਾਲਿਕ ਇੱਜ਼ਤ ਰਿਵਾਏ ਕਨੀਜ਼ਾਂ ਕੋ ਅਦੀ ਦੱਸੈਨੀ ਆ ਸ਼ੋਹਰ ਦਾ ਕਿਤਨਾ ਇਤਰਾਮ ਹੈ ਦੂਜੀ ਗੱਲ ਬਾਬਾ ਜ਼ੁਲਫਕਾਰ ਸ਼ਾਹ ਜੀ ਜਿਹੜੀ ਤੇਰੀ ਦਾਦੀ ਕੀਤੀ ਹੈ ਨਾ ਅਲੀ ਦੇ ਬਾਦਸ਼ਾਹ ਦੀ ਅੱਖਾਂ ਵਸ ਪਈਆਂ ਛੱਡਾ ਸਾਹ ਭਰ ਕੇ ਦੇ ਯਾ ਅਲੀ ਮੈਂ ਬਹਿਰ ਨਹੀਂ ਆ ਸਕਦੀ ਮੈਂ ਅਜ਼ਲ ਦੀ ਪਰਦਾਦਾਰ ਆ ਯਾ ਅਲੀ ਮੈਂ ਕੋ ਫਿਜ਼ਾ ਦਈ ਦਸੈ ਦਈਉ ਮੈਂ ਅਹਿਮਨ ਦਸੈ ਉਹਨਾਂ ਨੂੰ ਸੁਲੇਮਾਨ ਦਸਾਏ ਕਿਆ ਮਦੀਨੇ ਵਾਲੇ ਮੇਰੇ ਬਾਬੇ ਦੇ ਤੁਰ ਵੰਜਣ ਦੇ ਬਾਅਦ ਤੁਹਾਡੇ ਤੇ ਸਲਾਮ ਕੋ ਨਹੀਂ ਮਲੇਂਦੇ ਅਲੀ ਜੇ ਜਿਹਦਾ ਬਹਾਦਰ ਉਹ ਬੰਦਾ ਸ਼ੀਆ ਨਾ ਹੋ ਜਾਂਦੀ ਹੈ ਨਾ ਨਿਕਲੇ ਤ੍ਰੈ ਦਫਾ ਬੈਠੇ ਵਾਲਾ ਉੱਠੇ ਠੱਡਾ ਸਾਹ ਭਰ ਕਦੇ ਬਤੂਲ ਗੱਲ ਇੱਥੇ ਨਹੀਂ ਮੈਂ ਸਲਾਮ ਵਾਲਾ ਵਾ ਜਵਾਬ ਹੀ ਨਹੀਂ ਮਰਹਬਾ ਅਲੀ ਦੀ ਧੀ ਰਾਜ਼ੀ ਹੋਵੇ ਛਲ ਕਹਿੰਦੇ ਮੁਹਤਾਜ ਨਾ ਹੋਵੇ ਜਾਇਆਂ ਦੇ ਬੁਰਕੇ ਹੋਵੇ ਅਜ਼ਾਦਾਰਾ ਮੁੱਕ ਗਈ ਨਬੀ ਦੀ ਧੀ ਦੀ ਜ਼ਿੰਦਗੀ ਢੇਰ ਸਾਰੇ ਲਫ਼ਜ਼ ਛੋੜ ਦਿੱਤੇ ਮੁੱਕ ਗਈ ਅਲੀ ਦੀ ਧੀ ਦੀ ਜ਼ਿੰਦਗੀ ਨਬੀ ਦੀ ਧੀ ਦੀ ਜ਼ਿੰਦਗੀ ਮੁੱਕੀ ਪੁੱਤਰਾਂ ਨੂੰ ਆਦੀ ਵੰਜੋ ਨਾਨੇ ਦੀ ਕਬਰ ਤੇ ਮੇਰੀ ਸ਼ਿਫਾ ਯਾਬੀ ਦੀ ਦੁਆ ਮੰਗੋ ਜਿਤਨਾ ਦੇਰ ਤਸਬੀਹ ਦੀ ਆਵਾਜ਼ ਆਵੇ ਸਮਝੇ ਜੀਂਦੀ ਹੈ ਜਿਹੜਾ ਮੁੱਕ ਵੰਜੇ ਸਮਝੇ ਰੁੱਖਾਂ ਤੋਂ ਜਾਨ ਛੁੱਟ ਗਈ ਹੈ ਹਸਨ ਹੁਸੈਨ ਨਾਨੇ ਦੀ ਕਬਰ ਤੇ ਐਨ ਇਥੋਂ ਇੱਕੋ ਵਹਿਣ ਕਰਨੇ ਸਰਦਾਰਾਂ ਕੋ ਮਿੰਬਰ ਹਵਾਲੇ ਕਰਾਂ ਆ ਕੇ ਬੈਠੇ ਨਾ ਮਾਮੇ ਲਹਿਨੇ ਨਾਨੇ ਦੀ ਕਬਰ ਤੇ ਰੱਖ ਕੇ ਹਸਨ ਦੁਆ ਦੇ ਹੱਥ ਫੈਰ ਰੋ ਰੋ ਕੇ ਦੇ ਨਾਨਾ ਮੈਂ ਤੇਰਾ ਅਮੀਰ ਪੁੱਤਰ ਆ ਨਾਨਾ ਮੈਂ ਤੇਰਾ ਉਹ ਬਚਣਾ ਜੇ ਕੋ ਗਲੀਆਂ ਚ ਆ ਕੇ ਸੈਲ ਕਰਵੈਂਦਾ ਹਾਂ ਜਿਵੇਂ ਜੋ ਕਰਬਲਾ ਤਾਂ ਗਰੀਬ ਬੈਠਾ ਹੀ ਨਾ ਹਸਨ ਦੇ ਮੋਢੇ ਤੇ ਹੱਥ ਰੱਖ ਕੇ ਦੇ ਤੋ ਅਮੀਰ ਏ ਤੇਰੀਆਂ ਅਮੀਰਾਂ ਦੀਆਂ ਗੱਲਾਂ ਹੈ ਨਾ ਆਵਾਜ਼ਾਂ ਦੀ ਹੱਟ ਵੱਲ ਮੇਰਾ ਨਾਨਾ ਜਾਣੇ ਮੈਂ ਕਰਬਲਾ ਦਾ ਗਰੀਬ ਜਾਣਾ ਮਾਤਮੀ ਅਜ਼ਾਦਾਰਾ ਨਾਨੇ ਦੀ ਕਬਰ ਤੇ ਹੱਥ ਰੱਖ ਗਿਆ ਦੇ ਨਾਨਾ ਮੈਂ ਗਰੀਬ ਨਾਨਾ ਮਰਹਬਾ ਯਾ ਸੈਦ ਆਏ ਵੈਣ ਬਿਸਮਿਲਲਾ ਜ਼ਿੰਦਗੀ ਹੋਵੇ ਤੁਹਾਡੀ ਨਾਨਾ ਮੈਂ ਗਰੀਬ ਆ ਨਾਨਾ ਮਾ ਡਾਢੀ ਬਿਮਾਰ ਹੈ ਲਾਲਾ ਮੈਂ ਤੇਰਾ ਉਹ ਬਚਣਾ ਜੇ ਭਜਦੇ ਘੋੜੇ ਤੋਂ ਲੜੇ ਬਾ ਲਾਲਾ ਮੈਂ ਤਰਾਏ ਨੀ ਅੰਦਰ ਦਸਾ ਮਰੀਜ਼ ਬਣਨਾ ਹੈ ਲਫ਼ਜ਼ੋ ਆਨਾ ਉਲਮਾ ਦੀ ਮੌਜੂਦਗੀ ਦੇ ਵਿੱਚ ਅੱਲਾ ਜਾਣੇ ਕਿਹੜਾ ਸ਼ੀਏ ਜਿਹਦੀ ਹੈ ਨਾ ਨਿਕਲ ਸੀ ਮੈਨੂੰ ਮਿੰਬਾ ਦੀ ਕਸਮ ਹੈ ਇਹ ਦੀ ਅੱਲਾ ਖੈਰਾ ਦਰੋ ਨਬੀ ਦਰੋ ਦਾ ਹਲ ਗੀ ਹੈ ਹੌਲੇ ਹੌਲੇ ਆ ਦਿਓ ਮੇਰਾ ਨਬੀਆ ਦਾ ਸਰਦਾਰ ਲਾਲਾ ਹਸਨ ਪੀਆ ਦਾ ਅੰਮਾ ਬਿਮਾਰ ਹੈ ਤੇਰੀ ਨਬੂਆ ਦੀ ਕਸਮੇ ਅੰਮਾ ਬਿਮਾਰ ਨਹੀਂ ਅੰਮਾ ਜ਼ਖਮੀ ਏ ਲਾਲਾ ਮੈਂ ਤਸਵੀ ਨਹੀਂ ਪੜ ਸਕਦੀ ਉਹਦੀਆਂ ਪਸਵੀਆਂ ਮਰਹਬਾ
या सैयदा गवाह रवे नादाद पर बिस्मिल्लाह करा बुजुर्ग जो हो माले खान सर सियत दे वे हर दादा दी जिंदगी होवे जीवे जो नबी दे रोजे चो आ रे वल वजो मां मर गई है मां में भूल गए सैयदा दा मां मां करे दे दरवाजे ते आए अल्लाह कहे तैयार ये पानी दे मां अली बादशाह दे पुत्र पानी दा लाजा खै तैयार ये पानी दा नाज मैं चाहे रोदा क्यों है हुसैन दे मैं दो दे मैं ओ जय कत्ल दी लाश वणी मरहबा 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 अली दी अधीरा दी मजदगी हो तुहारी आ जा मैं ओ मरहबा मालिक बानी अल वसीरत करे वे अल्लाह इना दे मरहूमीन दे दर्जात बुलंद करे मैं ओ जय कत्ल दी लाश वणी आखिर जुमला पिया पढ़दा राजी रवाए बानी दी हसीयत च लगवाए कयामत दा मंजरा मेरो मिंबर दी कसम अली बादशाह गुस्सल में बड़ा शुरू कीता है ए मेरे जुमले लई बिस्मिल्लाह दा सवाब होवे अल्लामा हुसैन बादशाह मरहूम रो ओ फरवे दे ओदा थोड़ी जी देर दे बाद तई पीते दी ओई बहर आईए आज या अली में मसला पूछ रही है अली आदर केड़ा मसला है आज या अली को